ਸੋ ਹੇ ਗਾਇਸ ਵੈਲਕਮ ਬੈਕ ਟੂ ਇਕਲੋ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਮੇਰੇ ਚੈਨਲ ਤੇ ਅਸਲਾਮ ਵਾਲੇਕੁਮ ਰਾਮ ਰਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਅੱਜ ਦੇ ਵਲੋਗ ਦੇ ਵਿੱਚ ਮਤਲਬ ਮੈਂ ਕਾਲਜ ਚੱਲੀ ਹਾਂ ਦੋਸਤਾਂ ਨੇ ਬੁਲਾਇਆ ਵਾ ਉਹਨਾਂ ਨਾਲ ਮਿਲਾਂਗੇ ਖੱਪ ਪਾਵਾਂਗੇ ਤੁਸੀਂ ਵਲੋਗ ਦੇਖਿਓ ਐਂਡ ਤੱਕ ਅਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਓਕੇ ਸਟੇ ਟਿਊਨ आरती की पर इन्होंने बस आप फिल्क ला लिया मैं पूछा ही नहीं मुकाबला देखो कई सब ब्लॉग बनाना पर हमें समझ नहीं आती ब्लॉग की बनाना क्योंकि ब्लॉग बनाने वास्ते कुछ लभ नहीं गया बोल नहीं सकते बार बार ऐसी आपस च गल कर सकते हैं ਸਾਡੇ ਵਾਲੀ ਥੋੜ੍ਹਾ ਯਾਰ ਹੱਥ ਤੰਗ ਗਿਆ ਹੋ ਜਾਂਦਾ ਨਹੀਂ ਬੋਲੀ ਜਾਣਾ ਉਹ ਕਿੰਨੇ ਸਿੰਸੀਅਰ ਬੱਚੇ ਹੋ ਗਏ ਖੜੇ ਆ ਪੁੱਤਰ ਇਹ ਨਹੀਂ ਸਿੰਸੀਅਰ ਸਿੰਸੀਅਰ ਆ ਇਹਨੇ ਸਿੰਸੀਅਰ ਤੇ ਤੇ ਹੈ ਨਹੀਂ ਉਹ ਪਤਾ ਲੱਗਣਾ ਚਾਹੀਦਾ ਬਾਕੀ ਅੱਜ ਮੈਂ ਸ਼ਰੀਫ ਨਹੀਂ ਲੱਗਦੀ ਮੈਂ ਹੈ ਨਹੀਂ ਹੂੰ ਮੈਂ ਹੁਣ ਨਹੀਂ ਹੂੰ ਉਹਨਾਂ ਨੂੰ ਪਤਾ ਹੈ ਤੁਸੀਂ ਹੈ ਨਹੀਂ ਮੈਂ ਸ਼ਰੀਫ ਹਾਂ ਸ਼ਰੀਫ ਭਾਲੇ ਨਹੀਂ ਕਹਿੰਦੇ ਨਾ ਸਿੱਧਾ ਜਾਣਾ ਸਿੱਧੀ ਜਾਣਾ ਉਹ ਸਿੱਧਾ ਜਾਣਾ ਸਿੱਧੀ ਜਾਣਾ ਪੁੱਤਰ ਆ ਰਹਾ ਅੱਗੇ ਬੈਗ ਆ ਗਈ ਕਿਹੜਾ ਪੁੱਤਰ ਉਹ ਪੁੱਤਰ ਆ ਕਿਹੜੇ ਸਕੂਲ ਆਇਆ ਜੀ ਸੰਤ ਕਬੀਰ ਪਬਲਿਕ ਸਕੂਲ ਸੰਤ ਕਬੀਰ ਨਹੀਂ ਇਹ ਹੁਣ ਆਉਂਦੇ ਪਏ ਆ ਤੇ ਕਿਤੇ ਕਿੰਨੇ ਵਜੇ ਦਾ ਉਹ ਖਤਮ ਹੋਏਗਾ ਗੇਮ ਲੋਕ ਸਾਡੀ ਆਵਾਜ਼ ਘੱਟ ਹੀ ਆ ਨਹੀਂ ਅਜੇ ਤਾਂ ਮਾਈਕ ਲੈ ਕੇ ਵਾ ਅੱਜ ਕੀ ਨਿਊਜ਼ ਹੈ ਕਿ ਅੱਜ ਇਹ ਹੋ ਗਿਆ ਅੱਜ ਅੱਜ ਕੁਛ ਨਹੀਂ ਹੋਇਆ ਗਾਇਸ ਇਹਨਾਂ ਨੇ ਮੈਨੂੰ ਬਹੁਤ ਵੱਡੀ ਖੁਸ਼ਖਬਰੀ ਨਹੀਂ ਦਿੱਤੀ ਖੁਸ਼ਖਬਰੀ ਨਹੀਂ ਹੈ ਤੁਸੀਂ ਫੋਨ ਆਉਂ ਫੜਨ ਦੇ ਬੇਟਾ ਆਉਂ ਫੜੋ ਆਉਂ ਪਿੱਛੇ ਬਸ ਆਹੋ ਮੈਨੂੰ ਚੇਤਾ ਆ ਗਿਆ ਨਾ ਠੀਕ ਹੈ ਇੱਦਾਂ ਕਰਕੇ ਵਲੌਗ ਬਣਾਉਣਾ ਤੇ ਗਾਇਸ ਖੁਸ਼ਖਬਰੀ ਨਹੀਂ ਆ ਉਹ ਪਤਾ ਕੀ ਹੋਇਆ ਜੀ ਸਾਡੇ ਨਾ ਕਾਲਜ 'ਚ ਇੱਕ ਲੜਕੀ ਸੀ ਇੱਕ ਹੀ ਲੜਕੀ ਉਹ ਪਤਾ ਨਹੀਂ ਉਸਦਾ ਨਾਮ ਵੀ ਨਹੀਂ ਪਤਾ ਆਪਣੇ ਕਾਲਜ ਦੀ ਬੇਇੱਜ਼ਤੀ ਹੋ ਰਹੀ ਹੈ ਮਸ਼ਹੂਰ ਬਹੁਤ ਅੱਛੀ ਸੀ ਤਾਂ ਕਿਉਂ ਕਰਾ ਲੀਆਂ ਸਾਡਾ ਕਿਹੜਾ ਆਪਣਾ ਆਪਣੇ ਨਾਂ ਕਰਾਈ ਦੀ ਸਾਡੇ ਕੋਲ ਤਾਂ ਹੋਵੇ ਜੀ ਇਹ ਸਾਨੂੰ ਪੇਪਰ ਕਰਾ ਮੈਡਮ ਸਾਨੂੰ ਪਤਾ ਕਿੰਨਾ ਜ਼ਲੀਲ ਕਰਦੀ ਆ ਫਿਰ ਸਾਨੂੰ ਸ਼ੀਟਾਂ ਫਿਰ ਸ਼ੀਟਾਂ ਭਰਨੀਆਂ ਬਣੀ ਕਿਤੇ ਮੈਡਮ ਨੂੰ ਲੱਗੇ ਜਾਣਾ ਬੜਾ ਤੂੰ ਬੱਚੀ ਭਾਵੇਂ ਉਹ 'ਚ ਗਾਣੇ ਲਿਖ ਦਿਓ ਤੁਸੀਂ ਨਹੀਂ ਗਾਣੇ ਜੇ ਲਿਖੋ ਗਾਣੇ ਮੇਰਾ ਕੋਈ ਰਿਜ਼ਲਟ ਵੀ ਗਾਣੇ ਵਾਲਾ ਹੀ ਆਉਣਾ ਵਾ ਉਹ ਕਿਹੜਾ ਯਾਰ ਹੁਣ ਚੇਤਾ ਨਹੀਂ ਆ ਲਿਆ ਉਹ ਸਾਰੀ ਪਾਰਟੀ ਤੋਂ ਉੱਦਾਂ ਇੱਦਾਂ ਚਲ ਗਈ ਜਿੱਦਾਂ ਕਰੰਟ ਪਾ ਦਿੱਤਾ
ਯਾਰ ਆਪਣੀ ਪਰਸਨਲ ਬੋਲੋ ਮੈਂ ਕਿਹਾ ਮੰਮੀ ਇੱਕ ਤਾਂ ਗੱਲ ਕਹਿ ਰਹੀ ਹਾਂ ਮੈਂ ਕਿਹਾ ਮੰਮੀ ਤੂੰ ਵਿਆਹ ਕਰਾਉਣਾ ਹੀ ਆ ਮੈਂ ਕਿਹਾ ਤੇਰੇ ਨਾਲ ਕਰਾ ਦੋ ਮੰਮੀ ਨੇ ਵਿੱਚ ਪੇੜ ਮਾਰੀ ਜ਼ਰੂਰ ਦੇਖ ਕੇ ਵਿਆਹ ਕਰਾਵਾ ਬਾਕੀ ਮਾਰੀ ਫਿਰ ਉਸ ਤੋਂ ਬਾਅਦ ਹਾਂ ਛੋਟੀ ਸੀ ਨਾ ਫਿਰ ਪਤਾ ਨਹੀਂ ਲੱਗਿਆ ਨਾ ਛੋਟੀ ਤਾਂ ਰੋਲੇ ਫਿਰ ਰੋਲ ਮੈਂ ਕਿਹਾ ਮੈਨੂੰ ਵਿਸ਼ਵਾਸ ਨਹੀਂ ਕੀਤਾ ਵਾ ਮੈਂ ਸੱਚੀ ਗੱਲ ਜੇ ਤੈਨੂੰ ਮੈਂ ਕਹਿਣਾ ਉਹ ਤਾਂ ਬੁੱਢਾ ਵੀ ਹੋਣਾ ਫਿਰ ਇਸ ਤੋਂ ਬਾਅਦ ਜਿਹੜੀ ਚਪੇੜ ਵੱਜੀ ਇਸ ਤੋਂ ਬਾਅਦ ਮਜ਼ਾਕ ਵੀ ਕਿ ਮੁੰਡੇ ਦਾ ਨਾਂ ਵੀ ਲੈ ਲਿਆ ਹੋਵੇ ਮਾਤਾ ਸਾਹਮਣੇ ਇਸ ਕਰਕੇ ਕਹਿੰਦੀ ਆ ਇਹੋ ਜਿਹੀ ਗੱਲਾਂ ਆਪਣੀ ਮਾਤਾ ਨਾਲ ਨਾ ਕਰਿਆ ਕਰੋ ਉਹ ਕਹਿੰਦੇ ਨਾ ਹੁਣ ਜਦੋਂ ਤੁਸੀਂ ਮੈਂ ਹਰ ਇੱਕ ਗੱਲ ਸ਼ੇਅਰ ਕਰਨੀ ਹੈ ਮੇਰੀ ਤੁਸੀਂ ਗੱਲ ਨਹੀਂ ਸਮਝੇ ਮੈਂ ਤੈਨੂੰ ਸਭ ਕਿਹਾ ਨੀ ਉਹ ਠੀਕ ਹੈ ਠੀਕ ਹੈ ਇੱਦਾਂ ਦੀ ਗੱਲਾਂ ਜਿਹੜੀਆਂ ਹੁੰਦੀਆਂ ਨਾ ਜਿੱਦਾਂ ਮਾਤਾ ਜੀ ਹਰਟ ਹੋ ਜਾਣ ਤਾਂ ਉਹਨਾਂ ਦਾ ਅੰਦਰ ਦਾ ਜਿੰਨ ਬਾਹਰ ਆ ਜਾਣ ਉਹੋ ਜਿਹੀ ਨਹੀਂ ਕਰਨੀ ਜਿੱਦਾਂ ਮੈਂ ਕਿਹਾ ਹਾਂ ਮੈਂ ਤਾਂ ਕਿਹਾ ਸੀ ਮੈਂ ਕਿਹਾ ਜ਼ਿਆਦਾ ਫਰੈਂਡਲੀ ਹੋਏ ਨਹੀਂ ਮਾਤਾ ਨਾਲ ਤੇ ਫੁੱਲ ਫਰੈਂਡ ਦਾ ਨਤੀਜੇ ਬੜਾ ਭੈੜਾ ਮਿਲੇ ਦੋਨੋਂ ਮੁੰਡੇ ਇੱਧਰ ਆ ਲੈ ਕੋ ਯਾਰ ਤੂੰ ਉਹਦੇ ਨਾਲ ਬਹਿ ਕੇ ਨੀ ਆ ਸਕਦੀ ਗਾਣਾ ਦਿਮਾਗ ਹੈ ਤੇਰੇ ਦੋ ਬੰਦੇ ਆ ਆਟੋ ਸੁਣੀ ਤੂੰ ਵੀ ਬੜੇ ਟਿਕਾਣੇ ਤੇ ਲਾਈ ਆ ਸਕੂਟਰੀ ਆ ਦੋ ਮਹਾਨ ਹਸਤੀਆਂ ਨੇ ਨਾ ਮੈਨੂੰ ਕਿਹਾ ਸੀਗਾ ਮੇਰੀ ਗੱਲ ਸੁਣੋ ਪਹਿਲੇ ਮੈਂ ਇਹਨਾਂ ਦਾ ਕਹਿਣਾ ਮੰਨਿਆ ਕਹਿੰਦੇ ਪਿੱਛੋਂ ਨੀ ਆਪਾਂ ਜਾਂਦੇ ਅੱਗੋਂ ਜਾਂਦੇ ਆ ਮੈਂ ਕਹਿੰਦਾ ਠੀਕ ਆ ਇਹਨਾਂ ਨੇ ਮੈਨੂੰ ਕਿਹਾ ਪਿੱਛੇ ਜਾਂਦੇ ਆ ਕਿਉਂ ਪਿੱਛੋਂ ਨੀ ਜਾਂਦੇ ਕਿਉਂ ਜਾਂਦੇ ਇੱਕ ਤਾਂ ਆਪਣੀ ਸਿਆਣੀ ਇਹ ਸੋ ਮੈਂ ਨਹੀਂ ਕਹਿਣੀ ਪਤਾ ਕੀ ਕਹਿੰਦੇ ਪਿੱਛੇ ਮਿੱਟੀ ਆ ਮੈਂ ਕਹਿੰਦਾ ਠੀਕ ਆ ਅੱਗੋਂ ਜਾਂਦੇ ਨੇ ਫਿਰ ਉਹਦੇ ਮਾਮਾ ਨੂੰ ਵੀ ਕਹਿਆ ਅਮਨ ਕਹਿੰਦੀ ਨਹੀਂ ਆ ਕਹਿੰਦਾ ਨਾ ਅੱਗੋਂ ਬਸ ਮਿਲੀ ਤਾਂ ਠੀਕ ਆ ਮੈਂ ਤਾਂ ਕਹਿੰਦੀ ਅਮਨ ਦੇ ਸ਼ਿਵਾਲੀ ਅੱਗੇ ਹੋਣੇ ਮੈਂ ਕਹਿੰਦਾ ਠੀਕ ਆ ਫਿਰ ਤੇਰੇ ਨਾਲ ਤੂੰ ਇਕੱਲੇ ਤੇ ਨੀ ਉਧਰ ਤੇ ਨੀ ਬੱਸ ਲਾਗੇ ਸਾਡੀ ਬੱਸ ਤੁਸੀਂ ਗੱਲ ਨੀ ਸਮਝੇ ਇਹ ਕਹਿੰਦੇ ਬੱਸ ਲਾਗੇ ਹੋਣੀ ਆ ਉਧਰ ਹੋਣੀ ਮੇਰੇ ਨਾਲ ਠੀਕ ਆ ਫਿਰ ਆਪਾਂ ਕਿਹੜਾ ਬੱਸ ਸਟੈਂਡ ਆ ਨਹੀਂ ਚਲੋ ਫਿਰ ਉਹਨੇ ਸਾਡਾ ਬਾਏ ਬਾਏ ਕਰ ਦਈਏ ਓਕੇ ਬਾਏ ਸਾਰੀ ਚੱਲੇ ਨਹੀਂ ਜੀ ਤਾਂ ਤੂੰ ਉੱਤੋਂ ਤੋਂ ਕਹਿੰਦੇ ਓਏ ਕੀ ਕਹਦੀ ਹੋ ਉਹਨੇ ਆ ਗਿਆ ਮੈਂ ਨਹੀਂ ਗਿਆ ਇਹਨੇ ਉੱਤੋਂ ਤੋਂ ਕਹਿੰਦੀ ਤੂੰ ਉੱਤੋਂ ਤੋਂ ਕਹਿੰਦੇ ਹੋ ਵੀ ਹਟ ਗਿਆ ਛੱਡਿਆ ਉਹਨੇ ਕੀ ਕਹਿੰਦੀ ਸਕੂਟਰੀ ਚ ਕਹਿ ਕਹਿੰਦੀ ਯਾਰ ਉਹਨੇ ਇੰਨੀ ਖੁਸ਼ੀ ਹੋ ਗਈ ਗੱਲ ਸੁਣੀ ਲੋ ਇਹਦੀ ਮੈਂ
ਮੰਮੀ ਕਹਿੰਦੇ ਤੁਸੀਂ ਮਰਨਾ ਹੈ ਦੇਖ ਕੇ ਜਾਇਆ ਕਰੋ ਚਲੋ ਗਾਇਸ ਇੱਥੇ ਹੁੰਦਾ ਵਲੌਗ ਦਾ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਓਕੇ ਅੱਲਾ ਹਾਫਿਜ਼ ਬਾਏ ਬਾਏ